ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਵਿੱਤੀ ਸੰਕਟ ਤੋਂ ਭਲੀ ਭਾਂਤ ਜਾਣੂ ਸਨ ਕੈਪਟਨ ਅਮਰਿੰਦਰ ਸਿੰਘ, ਕਿਹਾ ਭਗਵੰਤ ਮਾਨ ਨੇ। ਬਠਿੰਡਾ ਵਿੱਚ ਪੇਸ਼ੀ ਭੁਗਤਣ ਆਏ ਰਵਨੀਤ ਬਿੱਟੂ ਨੇ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਨੂੰ ਜੇਲ੍ਹ ਭੇਜਣ ਦਾ ਕੀਤਾ ਦਾਅਵਾ। ਪਟਿਆਲਾ ਵਿੱਚ ਚੱਲ ਰਿਹਾ ਕਿਸਾਨ ਧਰਨਾ ਸਮਾਪਤ, ਕਰਜ਼ਾ ਮੁਆਫ ਕਰਨ ਲਈ ਸਰਕਾਰ ਨੂੰ 27 ਅਕਤੂਬਰ ਤੱਕ ਦਾ ਦਿੱਤਾ ਅਲਟੀਮੇਟਮ। ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਮੁਸਤੈਦ, ਸਮਾਣਾ ਵਿੱਚ ਛਾਪੇਮਾਰੀ ਕਰਕੇ ਮਠਿਆਈਆਂ ਤੇ ਭਰੇ ਸੈਂਪਲ। ਤੇ ਅਮਰੀਕੀ ਰੱਖਿਆ ਮੰਤਰੀ ਵੱਲੋਂ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ, ਭਾਰਤ ਵੱਲੋਂ ਅਫਗਾਨਿਸਤਾਨ ਵਿੱਚ ਫੌਜ ਤਾਇਨਾਤ ਕਰਨ ਦੀ ਸੰਭਾਵਨਾ ਤੋਂ ਇਨਕਾਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਅਕਾਲੀ ਦਲ ਦੀ ਸਰਕਾਰ ਨੇ ਪੂਰੇ ਦੇਸ਼ ਦੀ ਅਰਥ ਵਿਵਸਥਾ ਦਾ ਪੱਠਾ ਬਿਠਾ ਦਿੱਤਾ ਏ। ਭਗਵੰਤ ਮਾਨ ਨੇ ਕਿਹਾ ਕਿ ਥੋੜੇ ਜਿਹੇ ਕਾਰਪੋਰੇਟ ਘਰਾਣਿਆਂ ਤੇ ਬਹੁ ਰਾਸ਼ਟਰੀ ਕੰਪਨੀਆਂ ਨੂੰ ਵਿੱਤੀ ਲਾਭ ਪਹੁੰਚਾਉਣ ਲਈ ਮੋਦੀ ਮੰਡਲ ਵੱਲੋਂ ਲਏ ਜਾ ਰਹੇ ਆਪ ਉਧਰੇ ਫੈਸਲਿਆਂ ਨੇ ਗਰੀਬ ਹੋਰ ਗਰੀਬ ਕਰ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਵਾਅਦੇ ਕਰਨ ਸਮੇਂ ਵੀ ਪੰਜਾਬ ਦੇ ਮਾਲੀ ਸੰਕਟ ਤੋਂ ਭਲੀ ਭਾਂਤ ਜਾਣੂ ਸਨ। ਭਗਵੰਤ ਮਾਨ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਤੋਂ ਪਹਿਲਾਂ ਕੈਪਟਨ 5% ਤੋਂ 18% ਤੱਕ ਵਧੇ ਟੈਕਸਾਂ ਵਿੱਚੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਆਉਣ ਵਾਲੇ 6% ਤੋਂ 9% ਦੇ ਹਿੱਸੇ ਦੀ ਟੈਕਸ ਛੋੜ ਦੇ ਕੇ ਕਿਸਾਨਾਂ, ਵਪਾਰੀਆਂ ਤੇ ਆਮ ਖਪਤਕਾਰਾਂ ਨੂੰ ਰਾਹਤ ਦੇਵੇ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਬਠਿੰਡਾ ਅਦਾਲਤ ਵਿੱਚ ਪੇਸ਼ ਹੋਏ। ਬਿੱਟੂ ਤੇ ਬਠਿੰਡਾ ਵਿੱਚ 2 ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਹੇਠ ਮਾਮਲਾ ਦਰਜ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਅਗਲੀ ਤਰੀਕ 15 ਨਵੰਬਰ ਦੇ ਦਿੱਤੀ ਏ। ਇਸ ਸਮੇਂ ਮੀਡੀਆ ਨਾਲ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਜੋ ਵੀ ਵਾਅਦੇ ਕੀਤੇ ਹਨ ਉਹ ਸਾਰੇ ਪੂਰੇ ਕੀਤੇ ਜਾਣਗੇ। ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਭੇਜਣ ਦਾ ਦਾਅਵਾ ਵੀ ਕੀਤਾ। ਪਟਿਆਲਾ ਸੰਗਰੂਰ ਰੋਡ ਤੇ ਪਿੰਡ ਮਹਿਮਦਪੁਰ ਵਿੱਚ 22 ਸਤੰਬਰ ਤੋਂ ਚੱਲ ਰਿਹਾ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਦਾ ਧਰਨਾ ਅੱਜ 5ਵੇਂ ਦਿਨ ਸਮਾਪਤ ਹੋ ਗਿਆ। ਕਿਸਾਨ ਨੇ ਧਰਨਾ ਸਮਾਪਤੀ ਸਮੇਂ ਭਵਾਨੀਗੜ੍ਹ ਸੰਗਰੂਰ ਸੜਕ ਉੱਤੇ ਵੱਡਾ ਮੁਜ਼ਾਹਰਾ ਕੀਤਾ। ਇਸ ਸਮੇਂ ਕਿਸਾਨ ਆਗੂਆਂ ਨੇ ਸਰਕਾਰ ਨੂੰ 27 ਅਕਤੂਬਰ ਤੱਕ ਸਾਰਾ ਕਰਜ਼ਾ ਮੁਆਫ ਕਰਨ ਦੀ ਚੇਤਾਵਨੀ ਦਿੱਤੀ ਏ। ਜਥੇਬੰਦੀਆਂ 27 ਅਕਤੂਬਰ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰਣਨੀਤੀ ਬਣਾਉਣਗੇ। ਕਿਸਾਨਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਾਉਣ ਲਈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਏ। ਜੋ ਪਰਾਲੀ ਹੈ ਉਹਦਾ ਕੋਈ ਪ੍ਰਬੰਧ ਹੱਲ ਕਰਿਆ ਜਾਵੇ, ਫਿਰ ਅਸੀਂ ਪਰਾਲੀ ਨਹੀਂ ਸਾੜੇ। ਅਸੀਂ ਕਿਸਾਨਾਂ ਨੂੰ ਕਹਿ ਵੀ ਦੇਵਾਂਗੇ ਵੀ ਪਰਾਲੀ ਨਾ ਸਾੜੋ, ਜੋ ਨਾ ਸਾਨੂੰ ਕੋਈ ਬਾਉਂਸ ਦਿੰਦੇ ਆ ਨਾ ਕੋਈ ਇਹਦਾ ਹੱਲ ਨਿਕਲਿਆ, ਅੱਜ ਅਸੀਂ ਦੁਬਾਰੇ ਧਰਨੇ ਦਾ ਐਲਾਨ ਕੀਤਾ ਹੈਗਾ। ਹਾਂ, ਅਸੀਂ ਕਰਾਂਗੇ ਵੀ, ਕਰਦੇ ਰਹਾਂਗੇ ਵੀ, ਜੇ ਆਖਰ ਨੂੰ ਸਾਡਾ ਕੋਈ ਹਾਂ ਅਸੀਂ ਤਾਹਾਂ ਤੱਕ ਵੀ ਜਾਣ। ਦੇਸ਼ ਵਿੱਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਏ। ਤਿਉਹਾਰਾਂ ਤੇ ਖਾਣ ਪੀਣ ਦੀਆਂ ਵਸਤੂਆਂ ਲੋਕਾਂ ਨੂੰ ਸਾਫ਼ ਅਤੇ ਗੁਣਵੱਤਾ ਵਾਲੀਆਂ ਮਿਲਣ, ਉਸਦੇ ਲਈ ਪੰਜਾਬ ਦਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਮੁਸਤੈਦ ਹੋ ਗਿਆ ਏ। ਸਮਾਣਾ ਵਿਖੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਹਲਵਾਈਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਦੁੱਧ ਤੋਂ ਬਣੀਆਂ ਅਤੇ ਹੋਰਨਾਂ ਮਠਿਆਈਆਂ ਦੀ ਗੁਣਵੱਤਾ ਚੈੱਕ ਕਰਨ ਲਈ ਸੈਂਪਲ ਭਰੇ ਗਏ। ਇਸ ਦੌਰਾਨ ਖਰਾਬ ਮਠਿਆਈ ਨੂੰ ਬਾਹਰ ਸੁੱਟਵਾ ਦਿੱਤਾ ਗਿਆ। ਇਸ ਸਮੇਂ ਖਾਦ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਖਾਦ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਮਠਿਆਈਆਂ ਨੂੰ ਢੱਕ ਕੇ ਰੱਖਣ ਅਤੇ ਸਾਫ਼ ਸੁਥਰਾ ਸਮਾਨ ਹੀ ਵੇਚਣ। ਆਵਾਜ਼ ਕੀ ਚੈਕਿੰਗ ਥੀ ਸੁਬਹ ਪਹਿਲੇ ਦੂਰ ਕੇ ਦੂਰ ਸੇ ਬਣੇ ਪਦਾਰਥੋਂ ਕੀ ਸੈਂਪਲਿੰਗ ਕੀ ਗਈ ਹੈ। ਉਸ ਤੋਂ ਇਲਾਵਾ ਫਲਾਂ ਸਬਜ਼ੀਆਂ ਦੀ ਵੀ ਚੈਕਿੰਗ ਕੀਤੀ ਗਈ ਹੈ ਸਬਜ਼ੀ ਮੰਡੀ 'ਚ ਜਾ ਕੇ। ਉਸ ਤੋਂ ਬਾਅਦ ਹੁਣ ਇਹ ਪ੍ਰੋਗਰੈਸ ਹੈ ਤੁਹਾਡੇ ਸਾਹਮਣੇ ਹੀ ਹੈ। ਬਜਾ ਇੱਥੇ ਬਾਲੂ ਸ਼ਾਹੀ ਦੇ ਸੈਂਪਲ ਲਿੱਤੇ ਆ, ਖੋਇਆ ਬਰਫੀ ਦੇ ਸੈਂਪਲ ਲੈ ਰਿਹਾ, ਬਾਕੀ ਜਿਹੜੀ ਗੰਦੀ ਮਿਠਾਈ ਉਹ ਸਾਰੀ ਸੁਟਵਾ ਰਿਹਾ, ਜਿੰਨੀ ਵੀ ਹੈਗੀ ਆ ਈਓ ਤੋਂ ਬੁਲਾ ਕੇ ਉਰੇ ਟਰਾਲੀ ਮੰਗਾਈ ਗਈ ਹੈ। ਬਿਲਕੁਲ ਬਿਲਕੁਲ, ਜਦ ਤੱਕ ਤਿਉਹਾਰ ਸਾਰੇ ਸੀਜ਼ਨ ਇਹ ਹਲਵਾਈ ਨੂੰ ਸਖ਼ਤ ਹਿਦਾਇਤ ਹੈ ਕਿ ਆਪਣਾ ਸਮਾਨ ਸਾਰਾ ਢੱਕ ਕੇ ਰੱਖਣ, ਸਾਫ਼ ਸੁਥਰੇ ਕੰਡੀਸ਼ਨ 'ਚ ਬਣਿਆ ਹੋਵੇ ਅਤੇ ਜਨਤਾ ਨੂੰ ਸਾਫ਼ ਸੁਥਰਾ ਖਾਣ ਦੇ ਪਦਾਰਥ ਮਿਲਣ। ਸਾਡੀ ਇਸ ਪਿੱਛੇ ਠੀਕ ਨਹੀਂ ਸੀ ਜੀ, ਢੱਕੇ ਨਹੀਂ ਹੋਏ ਸੀਗੇ ਵੈਸੇ ਜ਼ਿਆਦਾ, ਅਦਰਵਾਈਜ਼ ਉੱਪਰ ਤੇਲ ਵੀ ਜੰਮਿਆ ਹੋਇਆ ਸੀਗਾ ਜੋ ਸਾਨੂੰ ਠੀਕ ਨਹੀਂ ਲੱਗਿਆ। ਦੇਖੋ ਬਾਕੀ ਤਾਂ ਲੈਬ ਦੀ ਰਿਪੋਰਟ ਦੱਸੇਗੀ ਵੀ ਉਸ ਕੀ ਖਰਾਬੀ ਸੀ, ਪਰ ਜੋ ਸਾਨੂੰ ਠੀਕ ਨਹੀਂ ਲੱਗਿਆ ਉਹ ਅਸੀਂ ਸਾਰਾ ਕਢਵਾ ਲਿਆ ਅਤੇ ਸਾਰਾ ਸੁਟਵਾ ਕੇ ਜਾਵਾਂਗੇ। ਭਾਰਤ ਦੌਰੇ ਤੇ ਆਏ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਤੇ ਦੋਵਾਂ ਦੇਸ਼ਾਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ। ਜੇਮਸ ਮੈਟਿਸ ਨੇ ਯਕੀਨ ਦਿਵਾਇਆ ਕਿ ਦੁਨੀਆ ਵਿੱਚ ਕਿਤੇ ਵੀ ਸੁਰੱਖਿਅਤ ਅੱਤਵਾਦੀ ਠਿਕਾਣੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਏ। ਉੱਥੇ ਹੀ ਭਾਰਤੀ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ਵਿੱਚ ਆਪਣੀਆਂ ਫੌਜਾਂ ਤਾਇਨਾਤ ਨਹੀਂ ਕਰੇਗਾ, ਪਰ ਭਾਰਤ ਅਫਗਾਨਿਸਤਾਨ ਦੇ ਵਿਕਾਸ ਕਾਰਜਾਂ ਵਿੱਚ ਮਦਦ ਜਾਰੀ ਰੱਖੇਗਾ ਤੇ ਇਹਨਾਂ ਦਾ ਹੋਰ ਵਿਸਤਾਰ ਕਰੇਗਾ। The situation in our neighborhood and the growing menace
of cross-border terrorism were discussed in depth. There is growing convergence in the approaches of both our countries on this issue. We both recognize the importance of holding those who use terrorism as an instrument of state policy to account and to dismantle the infrastructure that support terrorism. As you are aware, India welcomed President Trump's new US strategy for Afghanistan announced last month. Today, I had useful discussions with Secretary Mattis on how we could strengthen our cooperation bilaterally as well as within with the government of Afghanistan in pursuit of a common objective of a peaceful, democratic, stable and prosperous Afghanistan. ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਰੂਬਰੂ ਹੁੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਪੁਲਿਸ ਵਿਭਾਗ ਦੇ ਦਿੱਤਾ ਜਾਵੇ ਤੇ ਜੇ ਪੰਜਾਬ ਵਿਚ ਇੱਕ ਵੀ ਨਸ਼ੇ ਵਾਲਾ ਲੱਭ ਜਾਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀਆਂ ਚੋਣਾਂ ਦਸੰਬਰ ਵਿਚ ਕਰਵਾਈਆਂ ਜਾਣਗੀਆਂ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਮਸ਼ਵਰੇ ਤੋਂ ਬਾਅਦ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਪੰਚਕੂਲਾ ਸੀਬੀਆਈ ਅਦਾਲਤ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਚੱਲ ਰਹੇ ਰਣਜੀਤ ਸਿੰਘ ਕਤਲ ਮਾਮਲੇ ਵਿਚ ਸੁਣਵਾਈ ਮੁਕੰਮਲ ਹੋ ਗਈ ਏ ਤੇ ਅਦਾਲਤ ਨੇ 27 ਸਤੰਬਰ ਬੁੱਧਵਾਰ ਲਈ ਫੈਸਲਾ ਰਾਖਵਾਂ ਰੱਖ ਲਿਆ ਏ। ਰਣਜੀਤ ਸਿੰਘ ਦੇ ਕਤਲ ਮਾਮਲੇ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਣਵਾਈ ਹੋ ਰਹੀ ਸੀ ਤੇ ਦੋਹਾਂ ਧਿਰਾਂ ਦੇ ਵਕੀਲਾਂ ਵੱਲੋਂ ਬਹਿਸ ਵਿਚ ਹਿੱਸਾ ਲਿਆ ਜਾ ਰਿਹਾ ਸੀ। ਮੰਗਲਵਾਰ ਨੂੰ ਬਹਿਸ ਮੁਕੰਮਲ ਹੋਣ ਤੋਂ ਬਾਅਦ ਬੁੱਧਵਾਰ ਬਾਅਦ ਦੁਪਹਿਰ ਲਈ ਫੈਸਲਾ ਰਾਖਵਾਂ ਰੱਖ ਲਿਆ ਗਿਆ। ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਭੈੜੇ ਅਨਸਰਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੀ ਕਾਰ ਅਤੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਏ। ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਕਿਰਤਪਾਲ ਸਿੰਘ ਵਾਸੀ ਸ਼ੰਕਰਪੁਰ ਵਜੋਂ ਹੋਈ ਏ, ਜਦਕਿ ਇਸ ਗਿਰੋਹ ਦੇ ਤੀਜੇ ਮੈਂਬਰ ਅਰਮਾਨ ਖਾਨ ਵਾਸੀ ਪਿੰਡ ਕੋਹਲੀ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਏ। ਇਸ ਗਿਰੋਹ ਦੇ ਮੈਂਬਰਾਂ ਵੱਲੋਂ 5 ਮਹੀਨੇ ਪਹਿਲਾਂ ਰਾਜਪੁਰਾ ਬਹਾਵਲਪੁਰ ਪੈਲਸ ਦੇ ਬਾਹਰ ਤੋਂ ਕਾਰ ਚੋਰੀ ਕੀਤੀ ਗਈ ਸੀ ਤੇ ਫਿਰ ਇਹ ਮੋਟਰਸਾਈਕਲ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਗਏ। ਪੁਲਿਸ ਪਾਰਟੀ ASI ਕੁਲਦੀਪ ਸਿੰਘ, ਚੌਂਕੀ ਚਾਰ ਬਹਾਦਰਗੜ੍ਹ, ਦੇ ਹੈੱਡ ਕਾਂਸਟੇਬਲ ਪ੍ਰਦੀਪ ਸਿੰਘ, ਪਿੰਡ ਕੌਲੀ ਉੱਧਰ ਗਸ਼ਤ ਦੇ ਦੌਰਾਨ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਆਹ ਜਿਹੜੇ ਤਿੰਨ ਬੰਦੇ ਨੇ ਸੁਖਵਿੰਦਰ ਸਿੰਘ ਅਤੇ ਕੀਰਤਪਾਲ ਸਿੰਘ ਸ਼ੰਕਰਪੁਰ ਦੇ, ਇੱਕ ਭਗਵਾਨ ਹੈਗਾ, ਇਹਨਾਂ ਨੇ ਇੱਕ ਕਾਰ ਚੋਰੀ ਕਰਕੇ ਰਾਜਪੁਰੇ ਤੋਂ ਗਰੂਤੀ ਕਾਰ ਕਿਤੇ ਬਾਹਰ ਵੇਚਣ ਜਾ ਰਹੇ ਨੇ। ਉਸੇ ਦੌਰਾਨ ਇਹਨਾਂ ਨੇ ਉਹ ਬੰਦੇ ਇਹ ਦੋਨੇ ਰਾਊਂਡ ਅਪ ਕੀਤੇ ਅਤੇ ਇੱਕ ਕਾਰ ਜਿਹੜੀ ਆ ਬਰਾਮਦ ਕੀਤੀ ਹੈ। ਇਹਨਾਂ ਦੇ ਖਿਲਾਫ਼ 379-411 ਦਾ ਪੱਤਾ ਦਿੱਤਾ ਗਿਆ। ਇਹ ਜਿਹੜੀ ਕਾਰ ਆ ਅਪਰੋਕਸੀਮੇਟਲੀ 4 ਮਹੀਨੇ ਪਹਿਲਾਂ ਰਾਜਪੁਰਾ ਦੇ ਵਿੱਚੋਂ ਇੱਕ ਪੈਲਸ ਦੇ ਵਿੱਚੋਂ ਚੋਰੀ ਹੋਈ ਸੀਗੀ ਵਿਆਹ ਦੇ ਵਿੱਚੋਂ। ਸੋ ਇਹਨਾਂ ਦੇ ਵਿੱਚ ਇਸ ਮੁਕੱਦਮੇ ਦੇ ਵਿੱਚ ਦੋਨਾਂ ਦੋਸ਼ੀਆਂ ਦੀ ਜਿਹੜੀ ਹੈ ਗ੍ਰਿਫਤਾਰੀ ਪੈ ਚੁੱਕੀ ਹੈ। ਤੀਜੇ ਦੋਸ਼ੀ ਦੀ ਜਿਹੜੀ ਹੈ ਅਰਮਾਨ ਖਾਨ ਜਿਹੜਾ ਹੈਗਾ ਉਹ ਭਗੌੜਾ ਦੇ ਵਿੱਚ, ਉਹਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਊਗਾ। ਦੋ ਮੋਟਰਸਾਈਕਲ ਵੀ ਇਹਨਾਂ ਦੇ ਕੋਲ ਬਰਾਮਦ ਹੋਏ ਨੇ ਚੋਰੀ ਦੇ, ਅਤੇ ਇੱਕ ਕਾਰ ਹੈਗੀ ਹੈ। ਅਸੀਂ ਅੱਗੇ ਪੁੱਛਗਿੱਛ ਆ, ਜਿਵੇਂ ਉਹਦਾ ਕੋਈ ਅੱਗੇ ਹੋਰ ਕੁਛ ਨਿਕਲੇਗਾ ਕਲੀ ਉਹਦੇ ਰਿਗਾਰਡਿੰਗ ਕਾਰਵਾਈ ਕੀਤੀ ਜਾਵੇ। ਦੇਸ਼ ਦੀ ਚੋਟੀ ਦੇ 10 ਅਮੀਰਾਂ ਦੀ ਸੂਚੀ ਜਾਰੀ ਹੋਈ ਏ। ਹਰੂਨ ਇੰਡੀਆ ਵੱਲੋਂ ਜਾਰੀ ਸੂਚੀ ਮੁਤਾਬਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਜੇ ਵੀ ਦੇਸ਼ ਦੇ ਅਮੀਰ ਵਿਅਕਤੀਆਂ ਵਿਚ ਨੰਬਰ 1 ਤੇ ਕਾਬਜ਼ ਹਨ। ਉਥੇ ਹੀ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਦੇ CEO ਆਚਾਰਿਆ ਬਾਲਕ੍ਰਿਸ਼ਨ ਨੇ ਸਭ ਤੋਂ ਲੰਬੀ ਛਲਾਂਗ ਲਗਾਈ ਏ। ਉਹ ਪਿਛਲੇ ਸਾਲ ਇਸ ਸੂਚੀ ਵਿਚ 25ਵੇਂ ਸਥਾਨ ਤੇ ਕਾਬਜ਼ ਸਨ। ਇਨ੍ਹਾਂ ਦੀ ਜਾਇਦਾਦ ਵਿਚ 173% ਦਾ ਵਾਧਾ ਹੋਇਆ ਏ। ਬਾਲਕ੍ਰਿਸ਼ਨ ਦੀ ਜਾਇਦਾਦ 70,000 ਕਰੋੜ ਰੁਪਏ ਹੋ ਗਈ ਏ। ਇਸ ਤਰ੍ਹਾਂ ਉਹ ਦੇਸ਼ ਦੇ ਚੋਟੀ ਦੇ 10 ਅਮੀਰਾਂ ਵਿਚ ਸ਼ਾਮਲ ਹੋ ਗਏ ਹਨ। ਕ੍ਰਿਕਟ ਨੂੰ ਹੋਰ ਰੋਮਾਂਚਕਾਰੀ ਬਣਾਉਣ ਦੇ ਉਦੇਸ਼ ਨਾਲ 28 ਸਤੰਬਰ ਨੂੰ ਇਸ ਖੇਡ ਦੇ ਕਈ ਨਿਯਮਾਂ ਵਿਚ ਬਦਲਾਅ ਕੀਤੇ ਜਾ ਰਹੇ ਹਨ। ICC ਨੇ ਪ੍ਰੈਸ ਰਿਲੀਜ਼ ਵਿਚ ਦਸਿਆ ਕਿ ਕ੍ਰਿਕਟ ਮੈਚਾਂ ਦੌਰਾਨ ਕਈ ਵਾਰ ਖਿਡਾਰੀ ਬਦਸਲੂਕੀ ਕਰਦੇ ਹਨ। ਅਜਿਹੀਆਂ ਹਰਕਤਾਂ ਤੇ ਕਾਬੂ ਪਾਉਣ ਲਈ ਕ੍ਰਿਕਟ ਦੇ ਨਿਯਮਾਂ ਵਿਚ ਕਈ ਬਦਲਾਅ ਕੀਤੇ ਗਏ ਹਨ। ਹੁਣ ਮੈਦਾਨ ਵਿਚ ਬਦਸਲੂਕੀ ਕਰਨ ਤੇ ਪੈਨਲਟੀ ਦੇ ਰੂਪ ਵਿਚ 5 ਰਨ ਦੇ ਨਾਲ ਨਾਲ ਖਿਡਾਰੀ ਨੂੰ ਪੂਰੇ ਮੈਚ ਤੋਂ ਮੁਅੱਤਲ ਕੀਤਾ ਜਾ ਸਕਦਾ ਏ। ਰਨ ਆਊਟ ਨੂੰ ਲੈ ਕੇ ਵੀ ਬਦਲਾਅ ਕੀਤਾ ਗਿਆ ਏ। ਪਹਿਲਾਂ ਇਹ ਨਿਯਮ ਜਦੋਂ ਗੇਂਦ ਸਟੰਪ ਤੇ ਲੱਗਦੀ ਏ ਤਾਂ ਬੱਲੇਬਾਜ਼ ਦਾ ਬੈਟ ਜਾਂ ਸਰੀਰ ਪੰਪਿੰਗ ਕ੍ਰੀਜ਼ ਵਿਚ ਲੱਗਣਾ ਚਾਹੀਦਾ ਏ, ਪਰ ਹੁਣ ਬੱਲਾਂ ਤੇ ਸਰੀਰ ਇਕ ਵਾਰ ਪੰਪਿੰਗ ਕ੍ਰੀਜ਼ ਨੂੰ ਪਾਰ ਕਰ ਲੈਂਦਾ ਏ ਤਾਂ ਬੱਲੇਬਾਜ਼ ਨੂੰ ਆਊਟ ਨਹੀਂ ਦਿੱਤਾ ਜਾ ਸਕਦਾ, ਚਾਹੇ ਗੇਂਦ ਸਟੰਪ ਵਿਚ ਲੱਗਦੇ ਵਕਤ ਉਸਦਾ ਬੱਲਾ ਹਵਾ ਵਿਚ ਹੀ ਕਿਉਂ ਨਾ ਹੋਵੇ।
ਭਾਰਤ ਵਿੱਚ ਪਹਿਲੀ ਵਾਰ ਫੁੱਟਬਾਲ ਦਾ ਕੋਈ ਵੱਡਾ ਆਯੋਜਨ ਹੋਣ ਜਾ ਰਿਹਾ ਹੈ। ਫੀਫਾ ਅੰਡਰ 17 ਵਿਸ਼ਵ ਕੱਪ 6 ਅਕਤੂਬਰ ਤੋਂ ਆਰੰਭ ਹੋਣ ਜਾ ਰਿਹਾ ਹੈ। 3 ਵਾਰ ਦੀ ਵਿਸ਼ਵ ਚੈਂਪੀਅਨ ਟੀਮ ਬ੍ਰਾਜ਼ੀਲ ਅੱਜ ਸਵੇਰੇ ਭਾਰਤ ਪੁੱਜ ਗਈ ਹੈ। ਬੀਤੀ ਰਾਤ ਤੁਰਕੀ ਦੀ ਟੀਮ ਵੀ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਪੁੱਜ ਗਈ ਸੀ। ਬਾਜ਼ੀਰਾਓ ਤੇ ਖਿਲਜੀ ਵਰਗੇ ਇਤਿਹਾਸਕ ਰੋਲ ਕਰਨ ਤੋਂ ਬਾਅਦ ਹੁਣ ਰਣਵੀਰ ਸਿੰਘ ਇੱਕ ਹੋਰ ਯਾਦਗਾਰੀ ਰੋਲ ਨਿਭਾਉਣਗੇ। ਕਬੀਰ ਖਾਨ ਦੇ ਨਿਰਦੇਸ਼ਨ ਵਿੱਚ ਬਣਨ ਜਾ ਰਹੀ ਫਿਲਮ ਕਪਿਲ ਦੇਵ ਦੀ ਬਾਇਓਪਿਕ ਵਿੱਚ ਕਪਿਲ ਦਾ ਰੋਲ ਰਣਵੀਰ ਨਿਭਾਉਣਗੇ। ਇਸ ਫਿਲਮ ਵਿੱਚ 1983 ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਦੀ ਜਿੱਤ ਦੀ ਕਹਾਣੀ ਵਿਖਾਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਤਰਨ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ ਤੇ ਦਿੱਤੀ ਹੈ। ਤੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।